ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰੂ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੋ ਹਮਰੀ ਬੇਦੋਤੀ ਮੇਰੇ ਸਤਿਗੁਰਾ ਸਾਬਿਦ ਤੁਮਾਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁਕੇ ਸਭ ਸੋਗ ਸੰਤਾਪੇ ਗੁਰੂ ਨਾਨਕ ਪਦ
ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰ ਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨ ਕੇ ਨਾਸਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੁਭ ਸਮਤ ਪ੍ਰਕਾਸ਼ ਸ੍ਰੀ ਹਰ ਰਾਏ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਧੰਨ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਧਰਾ ਕਰ ਪੁੰਨ ਪੁੰਨ ਸੀਸਾ ਬੰਦੋ ਵਾਰ ਵਾਰ ਜਗਦੀਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾ ਹੋਵੇ ਸਿਫਤ ਖਸੰਦੀ ਨੂਰ ਅਰਸੋ ਪੁਰਸੋ ਝਟੀਐ ਤੁਧ ਜਿੱਥੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਤੁਧ ਜਿੱਥੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿਆ ਸਭ ਤੇ ਵੱਡਾ ਗੁਰੂ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ 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 ਜਿਨ ਕਲ ਸਭ ਤੇ ਵੱਡਾ ਸਤਿਗੁਰ ਨਾਨਕ ਸ
ਤੋਂ ਵੱਡਾ ਸਤਿਗੁਰ ਨਾਨਕ ਸਤਿਗੁਰ ਨਾਨਕ
ਨਜ਼ਦੀਕ ਸੋਹੀਆਂ ਕਲਾਂ ਮਜੀਠਾ ਏਰੀਆ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਨਾਮ ਦੇ ਰਸੀਏ ਸਮਾਜ ਸੁਧਾਰਕ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੈ, ਜਿੱਥੇ ਅਨੇਕਾਂ ਲੋਕਾਂ ਦਾ ਭਲਾ ਕਰਦੇ ਨੇ। ਨਸ਼ਿਆਂ ਵਿੱਚ ਗ੍ਰਸਤ ਨੌਜਵਾਨਾਂ ਨੂੰ ਪ੍ਰੇਰਨਾ ਦੇ ਕੇ
ਵਧੀਆ ਜੀਵਨ ਗੁਰਮਤ ਮੁਤਾਬਕ ਬਖਸ਼ਦੇ ਆ, ਪਰ ਉਪਕਾਰਾਂ ਦੇ ਕਾਰਜ ਕਰਦੇ ਆ। ਮਹਾਂਪੁਰਖਾਂ ਦੇ ਮਨ ਦੀ ਇੱਛਾ ਸਲਾਨਾ ਗੁਰਮਤਿ ਸਮਾਗਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਖੁਸ਼ੀਆਂ ਦਾ ਪਹਿਲੇ ਸਾਲਾਂ ਦੇ ਵਿੱਚ ਵੀ ਕੀਤਾ ਜਾਂਦਾ ਰਿਹਾ। ਐਰਕਾਂ ਵੀ ਮਹਾਰਾਜ ਨੇ ਉਦਮ ਦਿੱਤਾ। ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਲਗਭਗ 80 ਸ੍ਰੀ ਅਖੰਡ ਪਾਠ ਸਾਹਿਬ ਜੋ ਲੜੀਵਾਰ ਚੱਲਦੇ ਰਹੇ ਆ, ਉਹਨਾਂ ਦੀ ਅੱਜ ਅੰਮ੍ਰਿਤ ਵੇਲੇ ਸੰਪੂਰਨਤਾਈ ਹੋਈ ਹੈ। ਵੱਖ ਵੱਖ ਪਰਿਵਾਰਾਂ ਨੇ ਇਹ ਸੇਵਾ ਕਰਵਾਈ ਹੈ। ਕਹਿ ਲੈਣਾ ਸੌਖਾ ਹੈ, ਜਦੋਂ ਕਰੀਏ ਤੇ ਉਦੋਂ ਪਤਾ ਲੱਗਣਾ। ਸਮਾਗਮਾਂ ਦੇ ਵਿੱਚ ਬੰਦਗੀ ਵਾਲੇ ਮਹਾਂਪੁਰਸ਼ ਪਹੁੰਚੇ, ਕਾਰ ਸੇਵਾ ਵਾਲੇ ਸ੍ਰੀਮਾਨ ਸੰਤ ਬਾਬਾ ਸ਼ਿੰਗਾਰਾ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਸ਼, ਉਹਨਾਂ ਤੋਂ ਵਰੋਸਾਏ ਹੋਏ ਸਤਿਕਾਰਯੋਗ ਬਾਬਾ ਪ੍ਰਭਜੀਤ ਸਿੰਘ ਜੀ, ਉਹਨਾਂ ਨੇ ਹਾਜ਼ਰੀਆਂ ਲਵਾਈਆਂ। ਉਹ ਇਸ ਵੇਲੇ ਸ਼੍ਰੀਮਾਨ ਸੰਤ ਬਾਬਾ ਸ਼ਿੰਗਾਰਾ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਉੱਤਰਾਧਿਕਾਰੀ ਨੇ। ਧੰਨਵਾਦ ਕੀਤਾ ਜਾਂਦਾ ਹੈ ਬਾਬਾ ਪ੍ਰਭਜੀਤ ਸਿੰਘ ਜੀ ਦਾ। ਸਤਿਕਾਰਯੋਗ ਬਾਬਾ ਦਲਜੀਤ ਸਿੰਘ ਜੀਆਂ ਨੇ ਹਾਜ਼ਰੀਆਂ ਭਰੀਆਂ। ਦਾਸ ਤੋਂ ਪਹਿਲਾਂ ਸਤਿਕਾਰਯੋਗ ਸੰਤ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ ਮਹਾਂਪੁਰਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਹਾਜ਼ਰੀਆਂ ਲਵਾ ਕੇ ਗਏ। ਨਾਲ ਸਾਧ ਸੰਗਤ ਜੀ, ਕਵੀਸ਼ਰੀ ਦੇ ਬੋਰਡ ਗਿਣੇ ਜਾਂਦੇ ਆ, ਸਤਿਕਾਰਯੋਗ ਗਿਆਨੀ ਜੋਗਾ ਸਿੰਘ ਜੀ ਜੋਗੀ ਜੀ, ਉਹਨਾਂ ਦੇ ਹੋਣਹਾਰ ਵਿਦਿਆਰਥੀ, ਸਤਿਕਾਰਯੋਗ ਗਿਆਨੀ ਗੁਰਮੁਖ ਸਿੰਘ ਜੀ ਐਮਏ ਸਾਹਿਬ, ਉਹਨਾਂ ਨੇ ਜਥੇ ਰੂਪ ਦੇ ਵੱਡ ਮੁੱਲਾ ਇਤਿਹਾਸ ਸ਼ਹੀਦਾਂ ਦਾ, ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੇ ਨਾਲ ਲਗਭਗ 700 ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਵਾਰ ਅੰਦਰ ਹਿੱਲ ਜਾਂਦਾ ਹੈ ਜਦੋਂ ਸਾਧ ਸੰਗਤ ਕਿਤੇ ਕੋਈ ਮਾਂ ਆਖੇ ਕਿ ਮੇਰਾ ਪੁੱਤ ਸਿੱਖ ਨਹੀਂ,
ਮੇਰਾ ਪੁੱਤਰ ਅੰਮ੍ਰਿਤਧਾਰੀ ਨਹੀਂ, ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ। ਤੇ ਉਹ ਕੈਸਾ ਪਿਆਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਿੱਖ ਨੂੰ ਦਿੱਤਾ ਹੋਇਆ, ਜਿਹੜਾ ਸਿੱਖ ਫਰਖ ਸੀਅਰ ਦੇ ਸਾਹਮਣੇ ਕਹਿ ਦੇਵੇ ਦੁਨੀਆਂ ਦੇ ਝੂਠੇ ਬਾਦਸ਼ਾਹ ਇਹ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਸਿੰਘ ਹਾਂ, ਮੈਂ ਅੰਮ੍ਰਿਤਧਾਰੀ ਸਿੰਘ ਹਾਂ, ਮੈਂ ਗੁਰੂ ਖਾਲਸਾ ਪੰਥ ਦਾ ਆਗਿਆਕਾਰ ਸਿਪਾਹੀ ਹਾਂ, ਇਹ ਮੇਰੀ ਮਾਂ ਨਹੀਂ। ਜਿਹੜੀ ਮਾਂ ਪੁੱਤ ਦੀ ਜਾਨ ਬਚਾਉਣ ਵਾਸਤੇ ਕਹਿ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੋਈ ਵਾਸਤਾ ਨਹੀਂ, ਇਹ ਮੇਰੀ ਮਾਂ ਹੀ ਨਹੀਂ। ਕਹਿਤਾ ਸੀ ਜੇ ਮੇਰੀ ਮਾਂ ਹੁੰਦੀ ਹੋ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਤੋੜਦੀ ਹੋ ਨਾ। ਗੱਜ ਕੇ ਆਖੋ ਸਤਨਾਮ, 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 ਸਤਨਾਮ। ਆਖਿਰਕਾਰ ਉਹ ਸਿੰਘ ਸ਼ਹਾਦਤਾਂ ਦਾ ਜਾਮ ਪੀ ਗਿਆ, ਉਹਨਾਂ ਮਰ ਗਈ ਜਿਹੜੇ ਸ਼ਹੀਦਾਂ ਦੀ। ਜਦੋਂ ਸ਼ਹੀਦੀ ਦਾਸਤਾਨ ਸੁਣੀ ਦੀ ਹੈ ਹੈਰਾਨ ਰਹਿ ਜਾਈਦਾ, ਦਾਦਾ ਕਲਗੀਆਂ ਵਾਲਿਆ ਉਹ ਸਿੰਘ ਕੈਸੇ ਸਨ ਜਿਨ੍ਹਾਂ ਨੇ ਜਾਨ ਪਿਆਰੀ ਨਹੀਂ ਕੀਤੀ, ਤੇਰਾ ਪੰਥ ਪਿਆਰਾ ਕੀਤਾ। ਇਹ ਪਵਿੱਤਰ ਇਤਿਹਾਸ ਗਿਆਨੀ ਗੁਰਮੁਖ ਸਿੰਘ ਜੀ ਐਮਏ ਸਾਹਿਬ ਆਪ ਜੀ ਨੂੰ ਸੁਣਾਇਆ, ਦਾਸ ਵੀ ਐਮਏ ਸਾਹਿਬ ਦੇ ਬੋਲਾਂ ਦੇ ਵਿੱਚੋਂ, ਗਿਆਨੀ ਜੋਗਾ ਸਿੰਘ ਜੀ ਜੋਗੀ ਸਾਹਿਬ ਉਹਨਾਂ ਨੂੰ ਵੀ ਚੇਤੇ ਕਰਦਾ ਹੈ। ਸਤਸੰਗ ਜੀ ਹੋਰ ਵੀ ਨਾਮਵਰ ਜਥਿਆਂ ਨੇ ਸਮੇਂ ਸਮੇਂ ਮੁਤਾਬਕ ਹਾਜ਼ਰੀ ਭਰਨੀ। ਇਹ ਜਿਹੜਾ ਸਮਾਗਮ ਹੈ ਸਤਿਗੁਰ ਨਾਨਕ ਪ੍ਰਗਟਿਆ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਿਆਂ ਦਾ ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ। ਬੜੀਆਂ ਖੁਸ਼ੀਆਂ ਸਤਿਗੁਰੂ ਦੀ ਕਿਰਪਾ ਦੇ ਨਾਲ ਵਰਤ ਰਹੀਆਂ ਨੇ। ਦਾਸ ਵੱਲੋਂ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਤੋਂ ਕੀਰਤਨ ਸ਼ੁਰੂ ਕੀਤਾ ਗਿਆ, ਨਾਲ ਸਾਧ ਸੰਗਤ ਜੀ ਇਸ ਸਮੁੱਚੇ ਗੁਰਮਤਿ ਸਮਾਗਮ ਨੂੰ ਭੁੱਲਰ ਟੀਵੀ ਦੇ ਰਾਹੀਂ ਆਲ ਵਰਲਡ ਦੇ ਵਿੱਚ ਵਿਖਾਇਆ ਜਾ ਰਿਹਾ ਹੈ। ਸਤਿਕਾਰਯੋਗ ਭਾਈ ਸਾਹਿਬ ਸਿੰਘ ਜੀ ਬਾਸਰਪੁਰਾ
ਸਤਿਕਾਰਯੋਗ ਭਾਈ ਹਰਪਿੰਦਰ ਸਿੰਘ ਜੀ ਬਲਪੁਰੀਆਂ ਭੁੱਲਰ ਟੀਵੀ ਦੇ ਰਾਹੀਂ ਇਹ ਸਾਰੇ ਸਮਾਗਮ ਨੂੰ ਆਲ ਵਰਲਡ ਦੇ ਵਿੱਚ ਵਿਖਾ ਰਹੇ ਹਨ। ਵਿਦੇਸ਼ਾਂ ਦੇ ਵਿੱਚੋਂ ਵਾਰ ਵਾਰ ਫੋਨ ਆ ਰਹੇ ਨੇ ਪ੍ਰਬੰਧਕਾਂ ਨੂੰ, ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ ਦੇ ਪਵਿੱਤਰ ਦਰ ਦੇ ਨਾਲ ਜੁੜੇ ਹੋਏ। ਭੁੱਲਰ ਟੀਵੀ ਵਾਲਿਆਂ ਦਾ ਵੀ ਧੰਨਵਾਦ ਹੈ। ਆਓ ਜਿਹੜਾ ਬਚਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਦੇ ਵਿੱਚ ਕੀਤਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਪਹਿਲੇ ਯੁੱਗਾਂ ਦੇ ਵਿੱਚ ਵੀ ਧਾਰਮਿਕ ਆਗੂ ਹੋਏ ਨੇ, ਗੁਰੂ ਕੀ ਬਾਣੀ ਦੇ ਵਿੱਚ ਬਚਨ ਆਉਂਦਾ ਸਤਿਯੁਗ ਤੇ ਮਾਣਿਓ ਛੱਲਿਓ ਬਲ ਪਾਵਨ ਭਾਇਓ, ਤ੍ਰੇਤੇ ਤੇ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਦ ਕੰਸ ਕਰਤਾਰ ਤਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ, ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੋਤ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਰੱਬ ਦੀ ਜੋਤ ਪਰਮਾਤਮਾ ਦੀ ਗੱਦੀ ਗੁਰਤਾ ਗੱਦੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਤਿਆ ਧਰਤੀ ਤੇ ਆ ਗਿਆ, ਜਿੰਨੀ ਵੀ ਸੰਗਤਿਆ ਬੇਨਤੀ ਹੈ ਪਹਿਲੋਂ ਆਪ ਜੀ ਨੇ ਜਥਿਆਂ ਦੇ ਕੋਲੋਂ ਸਰਵਣ ਹੀ ਕੀਤਾ ਸੁਣਿਆ, ਇਹ ਸਿੱਧਾ ਸਿੱਧਾ ਜਿਹੜਾ ਕੀਰਤਨ ਆ ਇਹਦੇ ਵਿੱਚ ਸਾਰੇ ਬੋਲ ਵੀ ਸਕਦੇ, ਉਹ ਰਾਗ ਮਿਲਿਆ ਦਾ ਮਾਹਰ ਰਾਗੀ ਗੁਰਸਿੱਖ ਰਾਗ ਵਿਦਿਆ ਦੇ ਵਿੱਚ ਕੀਰਤਨ ਕਰਦਾ ਹੋਵੇ ਕੇਵਲ ਬਾਣੀ ਦੇ ਵਿਆਖਿਆ ਬੋਲ ਸਕਦੇ ਨੇ, ਸਭ ਬੋਲ ਨਹੀਂ ਸਕਦੇ, ਪਰ ਇਹ ਜਿਹੜਾ ਸਿੱਧਾ ਸਿੱਧਾ ਕੀਰਤਨ ਹੈ ਸਿਫਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੈ।
ਸਿਫਤਾਂ ਮੇਰੇ ਸਤਿਗੁਰਾਂ ਦੀਆਂ ਨੇ, ਸਿੱਧੇ ਬੋਲਾਂ ਦੇ ਰਾਹੀਂ ਸਾਰੇ ਹਾਜ਼ਰੀਆਂ ਨਵਾ ਲੈਂਦੇ ਆ। ਸਾਰੇ ਕਿਰਪਾ ਕਰਕੇ ਬੋਲੋ ਭਾਈ। ਰੱਬ ਆਪ ਧਰਤੀ ਤੇ ਆ ਗਿਆ, ਗੁਰੂ ਨਾਨਕ ਵਾਲਾ ਰੂਪ ਧਾਰ ਕੇ ਆਪ ਧਰਤੀ ਤੇ ਆ ਗਿਆ, ਗੁਰੂ ਨਾਨਕ ਵਾਲਾ ਰੂਪ ਧਾਰ ਕੇ ਆਪ ਧਰਤੀ ਤੇ ਆ ਗਿਆ, ਗੁਰੂ ਨਾਨਕ ਵਾਲਾ ਰੂਪ ਧਾਰ ਕੇ ਆਪ ਧਰਤੀ ਤੇ ਆ ਗਿਆ, ਗੁਰੂ ਨਾਨਕ ਵਾਲਾ ਰੂਪ ਧਾਰ ਕੇ।
ਅੰਜਨ ਹੈ ਗੁਰੂ ਨਾਨਕ ਬਾਣੀ ਦੇ ਵਿੱਚ ਬਚਨ ਆ ਗਏ ਆਪ ਨਾਰਾਇਣ ਕਲਾਕਾਰ ਜਗ ਮੈਂ ਪਰ ਭਰਿਓ ਬਾਣੀ ਦੇ ਵਿੱਚ ਸਿਫਤਾਂ ਆ ਗਈਆਂ ਇੱਕ ਮਨ ਪੁਰਖ ਧਿਆਏ ਪਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਨਾਨਕ ਗੁਣ ਗਾਵੋ ਪਰਮ ਗੁਰੂ ਸੰਸਾਰ ਦੇ ਧਾਰਮਿਕ ਆਗੂਆਂ ਦੇ ਵਿੱਚੋਂ ਪਰਮੇਸ਼ਰ ਸਰੂਪ ਗੁਰੂ ਨਾਨਕ ਦੇ ਗੁਣ ਗਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਮ ਗੁਰੂ ਪਰਮੇਸ਼ਰ ਸਰੂਪ ਪਰਸ਼ੋਤਮ ਸਤਿਗੁਰੂ ਜਿਹੜੇ ਸਤਿਗੁਰੂ ਜੋ ਪ੍ਰਮਾਤਮਾ ਕਰ ਸਕਦਾ ਪ੍ਰਮਾਤਮਾ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤੀਆਂ ਆਖੋ ਸਤਨਾਮ ਰਾਏ ਭੋਏ ਦੀ ਤਲਵੰਡੀ ਜਿਸ ਧਰਤੀ ਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਕਰਕੇ ਪੂਜਿਆ ਜਾਂਦਾ ਹੈ ਖੱਤਰੀਆਂ ਦਾ ਘਰਾਣਾ ਬੇਦੀਆਂ ਨੂੰ ਸਤਿਕਾਰ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ ਹੈ ਬੇਦੀਆਂ ਦੀ ਕੋਲ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜੈ ਤੈ ਭਏ ਸਹਾਰੇ ਬੇਦੀਆਂ ਦੀ ਕੁੱਲ ਕਈ ਜਨਮ ਧੰਨ ਸ੍ਰੀ ਕਲਿਆਣ ਚੰਦ ਮਹਿਤਾ ਧੰਨ ਮਾਤਾ ਤ੍ਰਿਪਤਾ ਦੇਵੀ ਜੀ ਮਾਤ ਲੋਕ ਤੇ ਆਉਂਦੇ ਰਹੇ ਆਣ ਕੇ ਤਪੱਸਿਆ ਕਰਦੇ ਰਹੇ ਕਈ ਜਨਮ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤੇ ਉਹ ਸਮੇਂ ਅੱਖਾਂ ਖੁੱਲਦੀਆਂ ਨੇ ਜਦੋਂ ਬਾਣੀ ਸਾਨੂੰ ਚਾਨਣ ਕਰਾਉਂਦੀ ਹੈ ਜਨਮ ਜਨਮ ਹਮ ਤੁਮਰੇ ਸੇਵਕ ਬਾਣੀ ਚਾਨਣ ਕਰਾਉਂਦੀ ਹੈ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਪਤਾ ਨਹੀਂ ਕਿੰਨੇ ਜਨਮ ਆਪਾਂ ਵੀ ਮਾਤ ਲੋਕ ਤੇ ਆਉਂਦੇ ਹਾਂ ਸਤਿਗੁਰੂ ਜੀ ਕਦੋਂ ਦਿਆਲੂ ਕਿਰਪਾਲੂ ਹੁੰਦੇ ਨੇ ਜਦੋਂ ਵੀ ਇਹ ਸੁਭਾਗ ਜੋੜਾ ਮਾਤ ਲੋਕ ਤੇ ਆਉਂਦਾ ਰਿਹਾ ਆਣ ਕੇ ਤਪੱਸਿਆ ਕਰਦਾ ਰਿਹਾ ਸ੍ਰੀ ਕਲਿਆਣ ਚੰਦ ਮਹਿਤਾ ਜੀ ਮਾਤਾ ਤ੍ਰਿਪਤਾ ਦੇਵੀ ਜੀ ਤੇ ਹਰੇਕ ਜਨਮ ਦੇ ਵਿੱਚ
ਪਰਮਾਤਮਾ ਦਾ ਮਿਲਾਪ ਹੁੰਦਾ ਰਿਹਾ। ਪਰਮਾਤਮਾ ਨੇ ਪੁੱਛਣਾ, ਜਪ ਕਰਨ ਵਾਲੇ ਤਪ ਕਰਨ ਵਾਲੇ ਤਪਿਸਰੋ ਦੱਸੋ ਕਿਆ ਚਾਹੀਏ, ਤੇ ਸ੍ਰੀ ਕਲਿਆਣ ਚੰਦ ਮਾਤਾ ਤ੍ਰਿਪਤਾ ਦੇਵੀ ਜੀ ਨੇ ਹਰੇਕ ਜਨਮ ਦੇ ਵਿੱਚ ਇਹੀ ਕਹਿਣਾ, ਮਹਾਰਾਜ ਕਿਰਪਾ ਕਰਕੇ ਨਾਮ ਦੇ ਦਿਓ। ਮਹਾਰਾਜ ਤੁਹਾਡੇ ਕੋ ਨਾਮ ਮੰਗਦੇ ਆ, ਤੁਹਾਡੇ ਕੋ ਭਗਤੀ ਮੰਗਦੇ ਆ। ਪਰਮਾਤਮਾ ਨੇ ਪ੍ਰਸੰਨ ਹੋਣਾ। ਸਤਿਗੁਰੂ ਜੀ ਸਾਨੂੰ ਵੀ ਜੁਗਤ ਦਿੰਦੇ ਆ, ਸਤਿਗੁਰੂ ਜੀ ਸਾਨੂੰ ਵੀ ਸਮਰਥ ਬਖਸ਼ਦੇ ਆ। ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਭਾਈ, ਜ਼ਮੀਨਾਂ ਮੰਗ ਲਵੇਗਾ ਦੁੱਖ ਦਾ ਕਾਰਨ ਬਣ ਜਾਏ, ਕੋਠੀਆਂ ਬਣਾ ਲਵੇਗਾ ਦੁੱਖ ਦਾ ਕਾਰਨ ਬਣ ਜਾਏਗਾ, ਬਹੁਤੀ ਮਾਇਆ ਮੰਗ ਲਵੇਗਾ ਦੁੱਖ ਦਾ ਕਾਰਨ ਬਣ ਜਾਏਗਾ। ਖਿਆਲ ਕਰਿਓ, ਬੈਂਕ ਦੇ ਵਿੱਚ ਕਿਤੇ 1 ਲੱਖ ਰੁਪਈਆ ਬਜ਼ੁਰਗ ਦਾ ਰਹਿ ਜਾਵੇ, 2 ਪੁੱਤਰ ਹੋਣ, ਉਹਦੇ ਤੋਂ ਵੰਡ ਕੇ ਦੇਣਾ ਮੁਸ਼ਕਲ ਹੋ ਜਾਂਦਾ ਵਿਚਾਰੇ ਤੇ। ਕੋਈ ਕਹਿੰਦਾ ਇਹ ਤੇ ਤੈਨੂੰ ਸਭ ਕੁਝ ਪਹਿਲਾਂ ਹੀ ਖਾ ਗਿਆ, ਇਹਨੂੰ ਵੀ ਮੈਂ ਦੇਣ ਦੇਣਾ। ਕਦੀ ਉਸ ਬਜ਼ੁਰਗ ਨੂੰ ਇਹ ਵੀ ਗੱਲਾਂ ਸੁਣਨੀਆਂ ਪੈ ਜਾਂਦੀਆਂ ਨੇ, ਇਹਦੀ ਕੁੜੀ ਦੇ ਵਿਆਹ ਤੇ ਤੂੰ ਪੈਸੇ ਲਾਤੇ ਸੀ, ਹੁਣ ਮੈਂ ਇਹਨੂੰ ਹਿੱਸਾ ਨਹੀਂ ਦੇਣ ਦੇਣਾ।
ਉਹ ਬਜ਼ੁਰਗ ਵਾਸਤੇ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਤਿਗੁਰਾਂ ਨੇ ਸਹੀ ਬਚਨ ਕਿਹਾ ਹੈ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ। ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਤੋਂ ਬਿਨਾਂ ਹੋਰ ਜੋ ਕੁਛ ਮੰਗਦੇ ਹਾਂ ਦੁੱਖਾਂ ਤੇ ਦੁੱਖੀ ਆਖੋ ਸਤਨਾਮ। ਇੱਕ ਦਿਨ ਇੱਕ ਬਜ਼ੁਰਗ ਮਿਲਿਆ ਸੀ ਸਾਨੂੰ, ਉਹ ਕਹਿੰਦਾ ਸੀ ਮੇਰੇ ਹਿੱਸੇ ਦੇ 8 ਕਿੱਲੇ ਮੈਨੂੰ ਆਏ ਸਨ। ਜਦੋਂ ਮੇਰੇ ਮਾਂ ਪਿਓ ਨੇ ਮੈਨੂੰ ਅੱਡ ਕੀਤਾ, ਕਹਿੰਦੇ ਜੀ ਇੰਨੀ ਮਿਹਨਤ ਕੀਤੀ, 32 ਕਿੱਲੇ ਜ਼ਮੀਨ ਬੈਲ, 8 ਤੋਂ 40 ਕਿੱਲੇ ਜ਼ਮੀਨ ਬਣਾਈ, ਪਰ ਹੁਣ 40 ਕਿੱਲਿਆਂ ਦਾ ਮਾਲਕ ਹੋ ਕੇ ਵੀ ਮੈਂ ਰੋਟੀ ਤੋਂ ਅੱਤ ਰਿਹਾ। ਮੈਂ ਕਿਹਾ ਭਾਊ ਜੀ ਕੀ ਗੱਲ ਆ? ਕਹਿੰਦੇ ਮੁੰਡੇ ਸਾਥ ਨਹੀਂ ਦਿੰਦੇ। ਮੁੰਡੇ ਕਹਿੰਦੇ ਆ ਪੈੜੀਆਂ ਚ ਸਾਡੇ ਨਾਲ ਕੰਮ ਕਰੇਗਾ ਤੇ ਰੋਟੀ ਦੇਣੀ ਆ, ਜੇ ਸਾਡੇ ਨਾਲ ਬਰਾਬਰ ਕੰਮ ਨਾ ਕਰੇਗਾ ਤੇ ਰੋਟੀ ਨਹੀਂ ਮਿਲਣੀ, ਹਿੱਸਾ ਨਹੀਂ ਮਿਲਣਾ। ਆਖੋ ਸਤਨਾਮ। ਕਹਿੰਦਾ 32 ਕਿੱਲੇ ਜ਼ਮੀਨ ਬੈ ਲਈ ਭੁੱਖੇ ਰਹਿ ਰਹਿ ਕੇ, ਪਰ ਅੱਜ ਮੇਰੀ ਕੁੱਤੇ ਜਿੰਨੀ ਮੁਕਤ ਨਹੀਂ। ਏਦਾਂ ਹੀ ਬੋਲਿਆ ਉਹ। ਆਖੋ ਸਤਨਾਮ। ਕਹਿੰਦੇ ਗੁਰਦੁਆਰੇ ਜਾਣ ਤੋਂ ਵੀ ਝਿਜਕਣਾ, ਜਾਵਾਂਗਾ ਰੁਪਈਆ 2 ਰੁਪਈਏ ਮੱਥਾ ਟੇਕਣਾ, ਉੱਥੇ ਕੋ ਰਾਗੀ ਢਾਡੀ ਲੱਗਾ ਹੋਊ ਕਿਤੇ ਰੁਪਈਏ 10 ਦੇਣੇ ਪੈਣਗੇ ਛੱਡੀਏ ਪਰ। ਕਹਿੰਦੇ ਜਿਹੜੀ ਜੀਆ ਜਨਤਕ ਦੇ ਵਾਸਤੇ 32 ਕਿੱਲੇ ਮੁੱਲ ਲੈ ਕੇ 8 ਤੋਂ 40 ਬਣਾਏ ਸਨ, ਉਹ ਕਹਿੰਦੇ ਨੇ ਕਿਹੜੇ ਵੇਲੇ ਇਹ ਗਲੋਂ ਲੈ ਜੇ, ਕਿਹੜੇ ਵੇਲੇ ਮਰੇ ਪਰ। ਸਾਧ ਸੰਗਤ, ਸਤਿਗੁਰਾਂ ਨੇ ਬਾਣੀ ਦੇ ਵਿੱਚ ਸੱਚ ਕਿਹਾ, ਵਿਣ ਤੁਧ ਹੋਰ ਕੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਸਾਧ ਸੰਗਤ, ਕਈ ਵਾਰ ਤੁਸੀਂ ਧੰਨ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਬਾਬਾ ਜੀ ਕੋਲ ਬਹੁਤ ਵਾਰ ਬੈਠੇ ਹੋਵੋਗੇ, ਕਿਉਂਕਿ ਦਬੁਰਜੀ ਨਗਰ ਘਰ ਘਰ ਚਰਨ ਪਾਉਂਦੇ ਰਹੇ ਬਾਬਾ ਜੀ ਕੁੱਲੀ ਵਾਲੇ ਬਾਬਾ ਜੀ। ਉਹਨਾਂ ਨੇ ਇੱਕ ਬਚਨ ਬਹੁਤ ਵਾਰ ਕਹਿਣਾ ਕਹਿਣਾ, ਜਦੋਂ ਮੈਂ ਅੱਖਾਂ ਦੀ ਕੁੱਲੀ ਵਿੱਚ ਸਾਂ ਉਦੋਂ ਸੌਖਾ ਸਾਂ। ਮੈਂ ਬਹੁਤ ਵਾਰ ਉਹਨਾਂ ਦੇ ਰਸਨਾਂ ਤੋਂ ਸੁਣਦਾ ਰਿਹਾ, ਜਿੰਨਾ ਚਿਰ ਅੱਖਾਂ ਦੀ ਕੁੱਲੀ ਵਿੱਚ ਸਾਂ ਸੌਖਾ ਸਾਂ, ਜਦੋਂ ਦਾ ਇੱਟਾਂ ਰੋੜਿਆਂ ਦੇ ਵਿੱਚ ਪੈ ਗਿਆ ਔਖਾ ਹੋ ਗਿਆ। ਆਖੋ ਸਤਨਾਮ। ਉਹਨਾਂ ਦੇ ਅੱਗੇ ਕਿਸੇ ਦੇ ਬੋਲਣ ਦੀ ਹਿੰਮਤ ਨਹੀਂ ਸੀ, ਝਿੜਕਾਂ ਨਹੀਂ ਸੀ ਮਾਰਦੇ, ਦਬਕੇ ਨਹੀਂ ਸੀ ਮਾਰਦੇ। ਆਖਣਾ ਜੋ ਮਹਾਂਪੁਰਖ ਕਹਿੰਦੇ ਆ ਸੱਚ ਕਹਿੰਦੇ। ਬਾਣੀ ਨੇ ਵੀ ਆਖਿਆ ਘਰ ਘੁੰਮਣ ਵਾਲੀ ਭਾਈ ਪਾਪ ਪੱਥਰ ਤਰਨ ਨਾ ਜਾਏ। ਮਹਾਰਾਜ ਕਹਿੰਦੇ ਨੇ
ਜੇ ਤੂੰ ਮੰਗਣਾ ਤੈਨੂੰ ਮੰਗਣ ਦਾ ਢੰਗ ਦੱਸ ਦਈਏ, ਪਰਮਾਤਮਾ ਦਾ ਨਾਮ ਮੰਗ। ਜੇ ਤੂੰ ਮੰਗਣਾ ਮੰਗਣਾ ਜਿਨ੍ਹਾਂ ਨੇ ਪਰਮਾਤਮਾ ਦੇ ਕੋਲੋਂ ਉਹਦਾ ਨਾਮ ਨਹੀਂ ਮੰਗਿਆ। ਤੇ ਮੈਂ ਬੇਨਤੀ ਕਰਦਾ ਸਾਂ ਸ੍ਰੀ ਕਲਿਆਣ ਚੰਦ ਧੰਨ ਮਾਤਾ ਤ੍ਰਿਪਤਾ ਦੇਵੀ ਜੀ, ਜਿਹੜੇ ਵੀ ਜਾਮੇ ਵਿੱਚ ਆਉਂਦੇ ਰਹੇ
ਪਰਮਾਤਮਾ ਨੂੰ ਇਹੋ ਕਹਿੰਦੇ ਰਹੇ, ਮਹਾਰਾਜ ਨਾਮ ਦੀ ਦਾਤ ਦਿੱਤੇ ਤੁਹਾਡੇ ਦਰਸ਼ਨ ਹੁੰਦੇ ਰਹਿਣਾ। ਸਤਨਾਮ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ ਦੇਖਿਓ, ਭਗਤ ਪ੍ਰੇਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਪਤਾ ਕੀ ਕਹਿੰਦੇ ਆ, ਕੈਸਾ ਲਫ਼ਜ਼ ਬੋਲਦੇ ਆ, ਭਗਤ ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚੇਰ ਭਇਓ ਦਰਸ਼ਨ ਸੇਖੇ। ਇਹਦਾ ਮਤਲਬ ਧੰਨ ਧੰਨ ਭਗਤ, ਰਵਿਦਾਸ ਜੀ ਨੂੰ ਇੱਕ ਵਾਰ ਨਹੀਂ ਕਈ ਵਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ ਆ। ਚੇਰ ਭਇਓ ਦਰਸ਼ਨ ਦੇਖੇ, ਆਪਾਂ ਕਿਸੇ ਸੱਜਣ ਮਿੱਤਰ ਨੂੰ ਪਿਆਰ ਨਾ ਕਹਿੰਦੇ, ਭਾਜੀ ਕਿੰਨਾ ਚਿਰ ਹੋ ਗਿਆ, ਚਿਰ ਹੋ ਗਿਆ ਮਿਲਿਆ ਨੂੰ, ਆਓ ਮਿਲ ਜਾਓ, ਕਿੰਨਾ ਚਿਰ ਹੋ ਗਿਆ, ਇਹਦਾ ਮਤਲਬ ਅੱਗੇ ਮਿਲਾਪ ਹੋਇਆ, ਕਿੰਨਾ ਚਿਰ ਹੋਇਆ ਮਿਲਾਪ ਹੋਇਆ, ਉਹਨੂੰ ਵੀ ਪਿਆਰ ਨਾਲ ਆਖੀਏ ਮਹਾਰਾਜ ਦਰਸ਼ਨ। ਸੱਜਣ ਮਿੱਤਰ ਨੂੰ ਕਹੀਏ ਪਿਆਰ ਦੇ ਨਾਲ, ਕਿੰਨਾ ਚਿਰ ਹੋਇਆ ਆਓ ਮਿਲ ਜਾਓ, ਉਹ ਵੀ ਕਹਿੰਦਾ ਦਿਹਾੜੀ ਡੰਗ ਚ ਕਣਕ ਬੀਜ ਕੇ ਆ ਜਾਂਦਾ। ਸਤਨਾਮ ਭਗਤ ਕਹਿੰਦੇ ਚਿਰ ਭਇਓ ਦਰਸ਼ਨ ਦੇਖੇ, ਦਰਸ਼ਨ ਦੇ ਦਿਓ, ਦਰਸ਼ਨ ਦੇ ਦਿਓ, ਚਿਰ ਭਇਓ ਦਰਸ਼ਨ ਦੇ ਦੇ, ਦਰਸ਼ਨ ਦੇ ਦਿਓ, ਦਰਸ਼ਨ ਦੇ ਦੇ
ਦੇ ਵਿੱਚੋਂ ਐਸੀ ਸੋਚ ਰੱਖਿਆ ਕਰੀਏ ਮਹਾਰਾਜ ਇੰਨਾ ਸਮਾਂ ਹੋ ਗਿਆ, ਚਿਰ ਹੋ ਗਿਆ ਤੁਹਾਡੇ ਦਰਸ਼ਨ ਹੋਇਆ ਨੂੰ, ਦਰਸ਼ਨ ਦੇ ਦਿਓ। ਕੀ ਕਦੀ ਅਸੀਂ ਵੀ ਪਿਆਰ ਨਾਲ ਬੇਨਤੀ ਕੀਤੀ, ਖਿਮਾ ਮੰਗਦਾ ਹਾਂ, ਮੁਆਫੀ ਮੰਗ ਲੈਣਾ। ਸਾਡੇ ਤੇ ਪਿੰਡਾਂ ਦੇ ਵਿੱਚ ਗੁਰਦੁਆਰੇ ਸਾਹਿਬ ਨੇ ਸਾਧ ਸੰਗਤ ਜੀ, ਪਿੰਡਾਂ ਦੇ ਵਿੱਚ ਗੁਰਦੁਆਰੇ ਸਾਹਿਬ ਨੇ ਤੇ ਗ੍ਰੰਥੀ ਸਿੰਘ ਦਾ ਗਿਲਾ ਹੁੰਦਾ, ਗਿਲਾ ਪਿੰਡ ਵਾਲਿਆਂ ਦਾ ਗਿਲਾ ਕਰਦਾ ਹੈ। ਕਹਿੰਦਾ ਦੋ ਬੰਦੇ ਮੱਥਾ ਟੇਕਣ ਨੂੰ ਨਹੀਂ ਆਉਂਦੇ, ਮੈਂ ਕੱਲਾ ਹੀ ਸਵੇਰੇ ਪ੍ਰਕਾਸ਼ ਕਰ ਲੈਂਦਾ, ਕੱਲਾ ਸ਼ਾਮ ਨੂੰ ਸੁੱਖ ਆਸਣ ਕਰ ਲੈਂਦਾ, ਨਹੀਂ ਆਉਂਦੇ ਨੇ ਮੇਰੇ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਵੀ ਪਿੰਡ ਵਿੱਚ ਗੁਰਸਿੱਖਾਂ ਨੂੰ ਉਡੀਕਦੇ ਆ, ਆ ਜਾਓ ਭਾਈ ਤੁਸਾਂ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਬੇਨਤੀ ਕਰਕੇ ਲਿਆਂਦਾ ਹੈ, ਆ ਜਾਓ ਨਗਰ ਨਿਵਾਸੀਓ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਸੀ ਜੀ, ਅਸੀਂ ਨਗਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਆ, ਇੱਕ ਸਰੂਪ ਸਾਨੂੰ ਦਿੱਤਾ ਜਾਵੇ ਤਾਂ ਕਿ ਨਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਰਹੇ। ਮਹਾਰਾਜ ਕਹਿੰਦੇ ਅੰਮ੍ਰਿਤਸਰ ਕੀਤਾ ਵਜਨ ਕੋ ਲਾਏ, ਆ ਜਾਓ ਮੈਨੂੰ ਮਿਲ ਜਾਇਆ ਕਰੋ, ਆਖੋ ਸਤਨਾਮ ਸਾਧ ਸੰਗਤ ਜੀ। ਜੇ ਸਾਡਾ ਧਿਆਨ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਵੇ, ਕਿਸੇ ਦੀ ਕੀ ਮਜਾਲ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਕੋਈ ਪਾਪੀ ਨਿਰਾਦਰ ਕਰ ਜਾਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਿਆਲ ਕਰਿਓ ਸਾਡੇ ਦਿਲਾਂ ਦੇ ਵਿੱਚ ਕਿੰਨੀ ਕੁ ਇੱਜ਼ਤ ਆ, ਸਾਡੇ ਪਿਤਾ ਜੀ ਨੂੰ ਕੋਈ ਗੱਲ ਕਹਿ ਜਾਵੇ ਅਸੀਂ ਮਰਨ ਮਾਰਨ ਤੱਕ ਜਾਂਦੇ ਹਾਂ, ਸਾਡੇ ਦਾਦੇ ਪੜਦਾਦੇ ਨੂੰ ਕੋਈ ਫਿੱਕੀ ਗੱਲ ਕਹਿ ਜਾਵੇ ਅਸੀਂ ਮਰਨ ਮਾਰਨ ਤੱਕ ਜਾਂਦੇ ਹਾਂ, ਮਰ ਜਾਂਗੇ ਚਾਹੇ ਮਾਰ ਦੇਵਾਂਗੇ, ਤੂੰ ਸਾਡੇ ਵੱਡਿਆਂ ਨੂੰ ਗੱਲ ਕਹੀ। ਪਰ ਸਾਧ ਸੰਗਤ ਜਦੋਂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਕੋਈ ਨਰਾਦਰ ਦੇ ਬੋਲ ਬੋਲਦਾ, ਉਦੋਂ ਅਸੀਂ ਕੋਈ ਚੁੱਪ ਕਰ ਰਹੇ ਹਾਂ, ਆਖੋ ਸਤਨਾਮ। ਮਹਾਰਾਜ ਕਹਿੰਦੇ ਨੇ ਬੋਲ ਸੋ ਧਰਮੜੀਆ ਮੋਲ ਤਤ ਧਾਰੀ ਮੋਲ ਤਤ ਧਾਰੀ ਬੋਲ ਧਰਮੜੀਆ ਮੋਲ ਤਤ ਧਾਰੀ ਮੋਲ ਤਤ ਧਾਰੀ ਮੋਲ ਧਰਮੜੀਆ ਮੋਲ ਤਤ ਧਾਰੀ ਮੋਲ ਤਤ ਧਾਰੀ ਮੋਲ ਧਰਮੜੀਆ ਮੋਲ ਤਤ ਧਾਰੀ ਮੋਲ ਤਤ ਧਾਰੀ ਧਰਮੜੀਆ ਮੋਲ ਤਤ ਧਾਰੀ ਮੋਲ ਤਤ ਧਾਰੀ ਮੋਲ ਧਰਮੜੀਆ ਮੋਲ
ਧਰਮੜੀਆ ਤੂੰ ਆਪਣੇ ਆਪ ਨੂੰ ਬੜਾ ਧਰਮੀ ਅਖਵਾਉਣਾ, ਹੁਣ ਤੇਰੀ ਜ਼ਬਾਨ ਬੰਦ ਕਿਉਂ ਹੋ ਗਈ? ਬੋਲ ਬੋਲ ਸਤਿਗੁਰਾਂ ਦੇ ਉਲਟ ਕੰਮ ਕਰਨ ਵਾਲਿਆਂ ਦੇ ਬੋਲ ਉਲਟ ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਘਰ ਦੇ ਵਿਰੋਧੀਆਂ ਦੇ ਉਲਟ ਬੋਲ, ਗੁਰੂ ਪੰਥ ਦੇ ਵਿਰੋਧੀਆਂ ਦੇ ਉਲਟ ਬੋਲ, ਗੁਰੂ ਖਾਲਸੇ ਦੀ ਰਹਿਤ ਮਰਜ਼ਾਦਾ ਦੇ ਉਲਟ ਬੋਲਣ ਵਾਲਿਆਂ ਦੇ ਬੋਲ ਉਲਟ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਵਿੱਚ ਧਰਮ ਦੀ ਅੰਸ ਹੈ, ਜੇ ਤੂੰ ਧਰਮੀ ਤੇ ਮੋਨ ਨਾ ਧਾਰਨ ਕਰ। ਬੋਲ ਤੇਰੇ ਬੋਲ ਗੁਰੂ ਪੰਥ ਦੀ ਖਾਤਰ ਹੋਣ, ਗੁਰੂ ਪੰਥ ਤੇਰਾ ਸਤਿਕਾਰ ਕਰੇਗਾ। ਬੋਲ ਛੋਟੇ ਸਾਹਿਬਜ਼ਾਦਿਆਂ ਨੂੰ ਪਾਪੀ ਵਜੀਦਾ ਫਤਵਾ ਸੁਣਾ ਰਿਹਾ ਸੀ ਤੇ ਬੋਲੇ ਨਾ, ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਬੋਲੇ ਬੋਲੇ ਤੇ ਗੁਰੂ ਪੰਥ ਕੀ ਕਹਿੰਦਾ? ਸਮੁੱਚਾ ਪੰਥ ਕਹਿੰਦਾ ਇੱਕ ਮੁਸਲਮਾਨ ਮਲੇਰ ਕੋਟਲੇ ਵਾਲੇ ਸ਼ੇਰ ਮੁਹੰਮਦ ਖਾਨ ਨੇ ਹਾਲਾ ਨਾਰਾ ਮਾਰਿਆ, ਅਜੇ ਤੱਕ ਉਹਦੀ ਪੰਥ ਕਦਰ ਕਰਦਾ ਸਤਨਾਮ। ਗੁਰੂ ਪੰਥ ਕਦਰ ਕਰਦਾ ਹੈ, ਮਲੇਰ ਕੋਟਲੇ ਵਾਲੇ ਨਵਾਬ ਦਾ ਸਤਿਕਾਰ ਦੇ ਨਾਲ ਨਾ ਲਿਆ ਜਾਂਦਾ, ਵਜੀਦੇ ਪਾਪੀ ਨੂੰ ਪਾਪੀ ਕਿਹਾ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ। ਧਰਮੜੀਆ ਜੇ ਤੇਰੇ ਵਿੱਚ ਧਰਮ ਆ, ਵਜੀਦੇ ਪਾਪੀ ਨੇ ਆਖਿਆ ਸੀ ਸ਼ੇਰ ਮੁਹੰਮਦ ਤੂੰ ਮੁਸਲਮਾਨ ਨਹੀਂ, ਤੂੰ ਸਾਡੇ ਨਾਲ ਸਹਿਮਤ ਕਿਉਂ ਨਹੀਂ ਹੁੰਦਾ, ਤੂੰ ਮੇਰੇ ਉਲਟ ਕਿਉਂ ਚੱਲਦਾ? ਤੇ ਨਵਾਬ ਮਲੇਰ ਕੋਟਲੇ ਵਾਲੇ ਨੇ ਆਖਿਆ ਸੀ ਮੈਂ ਪੱਕਾ ਕੱਟੜ ਮੁਸਲਮਾਨ ਆ, ਮੈਂ ਕੁਰਾਨ ਸ਼ਰੀਫ ਮੁਤਾਬਕ ਅਸਲ ਮੋਮਨ ਆ, ਮੁਸਲਮਾਨ ਆ, ਪਰ ਮੈਨੂੰ ਇਹ ਦੱਸ ਕੁਰਾਨ ਸ਼ਰੀਫ ਦੇ ਵਿੱਚ ਕਿੱਥੇ ਲਿਖਿਆ ਹੈ ਕਿ ਪਿਤਾ ਦਾ ਬਦਲਾ ਪੁੱਤਰਾਂ ਕੋ ਲਿਆ ਜਾਵੇ? ਕਿੱਥੇ ਲਿਖਿਆ ਸਤਨਾਮ ਸ੍ਰੀ ਵਾਹਿਗੁਰੂ? ਕਿੱਥੇ ਲਿਖਿਆ? ਨੀਹਾਂ ਦੇ ਵਿੱਚ ਮਾਸੂਮ ਜਿੰਦਾਂ ਨੂੰ ਚਿਣ ਦਿੱਤਾ ਜਾਵੇ, ਤੂੰ ਵੀ ਮੈਨੂੰ ਦੱਸ ਕਿੱਥੇ ਲਿਖਿਆ? ਮੁਸਲਮਾਨ ਤੂੰ ਨਹੀਂ, ਮੁਸਲਮਾਨ ਮੈਂ ਹਾਂ, ਹਾ ਦਾ ਨਾਰਾ ਮਾਰਿਆ ਸੀ ਆਪਣਾ ਸਤਨਾਮ। ਤੇ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਹਿੰਦੇ ਬੋਲ ਸੋ ਧਰਮੜੀਆ ਮੋਨ ਕਤਧਾਰੀ ਰਾਮ। ਸਾਧ ਸੰਗਤ ਜੀ, ਸਤਿਗੁਰਾਂ ਦੀ ਬੰਦਗੀ ਕਰਨੀ ਚਾਹੀਦੀ, ਸਿਮਰਨ ਕਰਨਾ ਚਾਹੀਦਾ, ਪਰ ਜਿੱਥੇ ਗੁਰੂ ਪੰਥ ਦੀ ਖਾਤਰ ਜ਼ਬਾਨ ਖੋਲਣ ਦੀ ਲੋੜ ਹੋਵੇ ਉੱਥੇ ਖੋਲਣੀ ਚਾਹੀਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਮੈਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰ ਰਿਹਾ ਸੀ, ਸ੍ਰੀ ਕਲਿਆਣ ਚੰਦ ਮਹਿਤਾ ਤੇ ਧੰਨ ਮਾਤਾ ਤ੍ਰਿਪਤਾ ਦੇਵੀ ਨੂੰ ਪਰਮਾਤਮਾ ਜੀ ਕਹਿੰਦੇ ਕਹਿੰਦੇ ਭਾਈ ਹਰੇਕ ਜਨਮ ਦੇ ਵਿੱਚ ਮੇਰਾ ਮਿਲਾਪ ਹੁੰਦਾ ਹੈ,
ਤੇ ਹਰੇਕ ਜਾਮੇ ਦੇ ਵਿੱਚ ਮੈਂ ਕਹਿੰਦਾ ਕੁਛ ਮੰਗ ਲਓ, ਤੁਸੀਂ ਮੰਗਦੇ ਨਹੀਂ, ਕੁਛ ਤੇ ਮੰਗੋ। ਪਰਮਾਤਮਾ ਜੀ ਕਹਿੰਦੇ ਜਿੰਨਾ ਚਿਰ ਮੰਗੋਗੇ ਨਾ ਮੈਂ ਕਹੀ ਜਾਣਾ ਮੰਗੋ। ਮਾਤਾ ਤ੍ਰਿਪਤਾ ਦੇਵੀ ਜੀ ਹੱਥ ਜੋੜੇ ਆ, ਹੱਥ ਜੋੜ ਕੇ ਬੇਨਤੀ ਕਰਦੇ ਆ, ਕਹਿੰਦੇ ਮਹਾਰਾਜ ਮੰਗਾ ਫਿਰ, ਕਹਿੰਦੇ ਮੰਗੋ। ਕਹਿੰਦੇ ਜੀ ਹੁਣ ਜਦੋਂ ਸਾਨੂੰ ਮਾਤ ਲੋਕ ਤੇ ਭੇਜੋ ਨਾ, ਮਾਤ ਲੋਕ ਤੇ ਸਾਡਾ ਸੁਭਾਗ ਜੋੜਾ ਹੋਵੇ, ਤੁਸੀਂ ਪੁੱਤ ਬਣ ਕੇ ਮੇਰੇ ਘਰ ਆਓ। ਪਰਮਾਤਮਾ ਨੂੰ ਕਿਹਾ, ਵਾਹਿਗੁਰੂ ਜੀ ਨੂੰ ਕਿਹਾ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿਹਾ, ਤੁਸੀਂ ਪੁੱਤਰ ਬਣ ਕੇ ਮੇਰੇ ਘਰ ਆਓ, ਮੈਂ ਪੁੱਤਰ ਖਡਾਵਾਂ ਤੇ ਮੈਂ ਵੀ ਦੁਨੀਆ ਨੂੰ ਆਖਾਂਗੀ ਰੱਬ ਮੇਰੀ ਗੋਦੀ ਚ ਖੇਡਦਾ ਰਿਹਾ। ਸਤਨਾਮ। ਪਰਮਾਤਮਾ ਨੇ ਆਖਿਆ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹਾ, ਆਦਿ ਸੱਚ ਯੁਗ ਆਦਿ ਸੱਚ ਹੈ ਵੀ ਸੱਚ ਨਾਨਕ, ਮੇਰੇ ਪਰਮਾਤਮਾ ਨੇ ਕਿਹਾ। ਕਹਿੰਦੇ ਬੀਬੀ ਇਸੇ ਤਰ੍ਹਾਂ ਹੋਵੇਗਾ, ਕਲਯੁਗ ਦਾ ਸਮਾਂ ਹੋਵੇਗਾ, ਰਾਏ ਭੋਏ ਦੀ ਤਲਵੰਡੀ ਹੋਵੇਗੀ, ਖੱਤਰੀਆਂ ਦਾ ਤੁਹਾਡਾ ਘਰਾਣਾ ਹੋਵੇਗਾ, ਬੇਦੀਆਂ ਦੀ ਕੋਲ ਹੋਵੇਗੀ, ਮੈਂ ਫਿਰ ਨਾਨਕ ਬਣ ਕੇ ਤੁਹਾਡੇ ਘਰ ਆਵਾਂਗਾ। ਬਾਣੀ ਨੇ ਸੱਚ ਕਿਹਾ ਹੈ, ਆਪ ਨਾਰਾਇਣ ਕਲਾਧਾਰ, ਬਾਣੀ ਨੇ ਸੱਚ ਕਿਹਾ ਹੈ। ਸਾਡੀ ਮੱਤ ਖੋਟੀ ਹੈ। ਮੈਂ ਖੁਸ਼ਕ ਦਿਮਾਗ ਵਾਲੇ ਪ੍ਰਚਾਰਕਾਂ ਪਾਸੋਂ ਇਹ ਸੁਣਦਾ, ਗੁਰੂ ਨਾਨਕ ਦੇਵ ਵੀ ਇੱਕ ਬੰਦਾ ਹੀ ਆ, ਉਹ ਗੁਰੂ ਨਾਨਕ ਦੇਵ ਜੀ ਨਹੀਂ ਕਹਿੰਦੇ, ਸਤਿਗੁਰਾਂ ਦਾ ਵੀ ਸਤਿਕਾਰ ਦੇ ਨਾਲ ਨਾਂ ਨਹੀਂ ਲੈਂਦੇ, ਆਖੋ ਸਤਨਾਮ। ਸਤਿਗੁਰਾਂ ਦਾ ਸਤਿਕਾਰ ਦੇ ਨਾਲ ਨਾਂ ਨਹੀਂ ਲੈਂਦੇ। ਸਾਧ ਸੰਗਤ ਜੀ ਉਦਾਂ ਤੇ ਆਪਣੇ ਕਲਾਸ ਫੈਲੋ ਦਾ ਨਾਮ ਹੀ ਨਹੀਂ ਲਈਦਾ, ਜਿਸ ਤਰ੍ਹਾਂ ਉਹ ਮੇਰੇ ਸਤਿਗੁਰੂ ਸਾਹਿਬ ਪ੍ਰਤੀ ਬੋਲਦੇ ਨਹੀਂ। ਗੁਰਬਾਣੀ ਤੋਂ ਸਤਿਗੁਰਾਂ ਦਾ ਸਤਿਕਾਰ ਕਰਨਾ ਸਿੱਖੋ। ਕਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ, ਮਹਾਰਾਜ ਤੁਹਾਡਾ ਗੁਰਦੇਵ ਕੌਣ ਹੈ, ਤੁਹਾਡਾ ਗੁਰੂ ਕੌਣ ਹੈ? ਤੇ ਮੇਰੇ ਸਤਿਗੁਰੂ ਜੀ ਸੋਰਠ ਰਾਗ ਦੀ ਬਾਣੀ ਵਿੱਚ ਕਹਿੰਦੇ, ਮੇਰਾ ਸਤਿਗੁਰੂ ਕਹਿੰਦੇ ਜੀ ਮਹਾਰਾਜ ਆਪਦੇ ਸਤਿਗੁਰੂ ਬਾਰੇ ਦੱਸੋ ਕੌਣ? ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੇ ਸਤਿਗੁਰੂ ਜੀ ਦਾ ਨਾਂ ਲੈਣਾ ਸੀ ਹੱਥ ਜੁੜ ਗਏ, ਨੇਤਰ ਬੰਦ ਹੋ ਗਏ, ਸ਼ਰਧਾ ਦੇ ਨਾਲ ਯਾਦ ਕੀਤਾ, ਤਤ ਨਿਰੰਜਨ ਜੋਤ ਸਬਾਈ ਸੋਹੰ, ਭੇਦ ਨਾ ਕੋਈ ਜੀਓ ਅਪਰੰਪਰ, ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਆਖੋ ਸਤਨਾਮ। ਸ੍ਰੀ ਵਾਹਿਗੁਰੂ।
ਕਿੰਨੇ ਸਤਿਕਾਰ ਦੇ ਨਾਲ ਆਪਣੇ ਗੁਰੂ ਨੂੰ ਯਾਦ ਕਰਦੇ ਆ। ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪੜ੍ਹ ਲਿਖ ਵੀ ਗਏ, ਕਈ ਵਾਰ ਕਿਸੇ ਨੂੰ ਕਿਹਾ ਜਾਂਦਾ ਨਾ ਤੁਸੀਂ ਕਿਹਨੂੰ ਮੰਨਦੇ ਹੋ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਧਾ ਨਾਮ ਹੀ ਨਹੀਂ ਲੈਂਦਾ, ਅਸੀਂ ਤੇ ਗ੍ਰੰਥ ਨੂੰ ਮੰਨਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਸਾਡੇ ਮਨ ਵਿੱਚ ਆਪਣੇ ਸਤਿਗੁਰਾਂ ਪ੍ਰਤੀ ਕਦਰ ਨਹੀਂ, ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ। ਕਦੀ ਸਾਧ ਸੰਗਤ ਟੀਚਰ ਲੋਕਾਂ ਨੇ ਕਹਿਣਾ, ਅਧਿਆਪਕਾਂ ਨੇ ਕਹਿਣਾ, ਕਾਕਾ ਤੇਰਾ ਨਾਂ ਕੀ ਹੈ? ਕਹਿਣਾ ਜੀ ਮੇਰਾ ਨਾਮ ਬਖਸ਼ੀਸ਼। ਤੇਰੇ ਪਿਤਾ ਦਾ ਨਾਮ ਕੀ ਹੈ? ਕਹਿੰਦਾ ਜੀ ਧੰਨਾ। ਵੱਟ ਕੇ ਚਪੇੜ ਮਾਰਨੇ। ਕਹਿਣਾ ਬੇਵਕੂਫ, ਤੈਨੂੰ ਪਤਾ ਨੀ ਪਿਤਾ ਦੇ ਨਾਂ ਸਰਦਾਰ ਲਾਈਦਾ? ਕੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਰਦਾਰ ਧੰਨਾ ਸਿੰਘ। ਮੁੜ ਕੇ ਅੱਧਾ ਨਾਂ ਲਿਆ ਤੇ ਝੰਬ ਘੱਟੂਗਾ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਦੱਸਦੇ ਸੀ ਟੀਚਰ ਸਾਹਿਬਾਨ ਕਿ ਵੱਡਿਆਂ ਦੀ ਕਦਰ ਕਿਵੇਂ ਕਰੀਦੀ ਹੈ। ਇੱਥੇ ਸਤਿਗੁਰੂ ਮਹਾਰਾਜ ਸਾਨੂੰ ਕਹਿੰਦੇ ਆ ਪਿਆਰਿਆ, ਸਤਿਗੁਰ ਵੱਡਾ ਕਰ ਸਲਾਹੀਏ। ਆਪਣੇ ਸਤਿਗੁਰਾਂ ਨੂੰ ਇੰਨਾ ਵੱਡਾ ਗਿਣ। ਕਹਿੰਦੇ ਜੀ ਹਿਮਾਲੀਆ ਪਰਬਤ ਜਿੱਡਾ? ਕਹਿੰਦੇ ਜਾ ਕੰਮ ਕਰਗਾ, ਹਿਮਾਲੀਆ ਪਰਬਤ ਤੇ ਮੇਰੇ ਸਤਿਗੁਰਾਂ ਦੇ ਕਾਲੇ ਨਾਂ ਦੇ ਬਰਾਬਰ ਵੀ ਨਹੀਂ ਗਾ। ਓਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਡਾ ਵੱਡਾ ਰੱਬ ਓਡੇ ਵੱਡੇ ਮੇਰੇ ਸਤਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡਾ ਤੇਰਾ ਦਰਬਾਰ, ਜਿਨ੍ਹਾਂ ਨੇ ਵੱਡਿਆਂ ਦੀ ਸੇਵਾ ਕੀਤੀ ਹੈ। ਸਤਿਕਾਰਯੋਗ ਸੰਤ ਬਾਬਾ ਮੋਹਨ ਸਿੰਘ ਜੀ ਮਹਾਂਪੁਰਸ਼ ਪਹੁੰਚੇ ਆ। ਵੱਡਿਆਂ ਦੀ ਧੰਨ ਧੰਨ ਧੰਨ। ਗੁਰਦੁਆਰਾ ਡੇਰਾ ਭਾਈ ਸਾਹਿਬ ਸਾਹਿਬ ਪੰਡੋਰੀ ਵੜੈਚ ਨਜ਼ਦੀਕ ਵੇਰਕਾ। ਧੰਨ 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 ਭਾਈ ਸਾਹਿਬ ਸਾਹਿਬ ਨੂੰ ਪੂਜਿਆ ਕਈ ਵਾਰ। ਆਪਣੇ ਖਾਣ ਜੋਗਾ ਆਟਾ ਬਾਬਾ ਮੋਹਨ ਸਿੰਘ ਦੇ ਘਰ ਵੀ ਨਾ ਹੋਣਾ ਤੇ ਘਰ ਵਾਲੀ ਨੇ ਕਹਿਣਾ ਸਰਦਾਰ ਆ ਦੋਵਾਂ ਰੋਟੀਆਂ ਦਾ ਆਟਾ ਹੈ, ਨਹੀਂ ਤੇ ਇਕੱਲਿਆਂ ਨੂੰ ਪੁੱਛ ਕੇ ਦੇਖ ਲਿਓ ਦੋਵਾਂ ਰੋਟੀਆਂ ਦਾ ਆਟਾ ਹੈ। ਕਹਿਣਾ ਦੋ ਹੀ ਪਕਾ ਦੇ, ਬਾਬਾ ਜੀ ਦੇ ਦਰ ਤੇ ਲੈ ਜਾਂਦੇ ਹਾਂ, ਬਾਬਾ ਜੀ ਨੂੰ ਛਕਾ ਦਿੰਦੇ। ਬਾਬਾ ਜੀ ਨੂੰ ਧੰਨ ਭਾਈ ਸਾਹਿਬ ਸਾਹਿਬ ਜੀ ਨੂੰ ਆਖੋ ਸਤਨਾਮ। ਅੱਜ ਗੁਰਦੁਆਰਾ ਡੇਰਾ ਭਾਈ ਸਾਹਿਬ ਸਾਹਿਬ ਪੰਡੋਰੀ ਵੜੈਚ ਨਜ਼ਦੀਕ ਵੇਰਕਾ, ਅੱਜ ਸਾਧ ਸੰਗਤ ਤੋਂ ਮੀਲਾਂ ਚ ਮੇਲਾ ਲੱਗਦਾ। ਆਖੋ ਸਤਨਾਮ। ਉਹ ਸੰਗਤ ਦੇ ਵਿੱਚੋਂ ਸੰਤ ਬਾਬਾ ਮੋਹਨ ਸਿੰਘ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ, ਇੰਨੀ ਸੰਗਤ ਹੁੰਦੀ। ਇਹਨਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਕਿ ਬਾਬਾ ਜੀ ਕਿੱਥੇ, ਇੰਨੀ ਸੰਗਤ ਹੁੰਦੀ। ਤੇ ਜਦੋਂ ਇਹ ਆਪਣੀ ਗਰੀਬੀ ਨੂੰ ਯਾਦ ਕਰਦੇ ਹੁੰਦੇ ਆ, ਦੋ ਫੁੱਲ ਕੇ ਹਾਫ ਢਿੱਡੋਂ ਭੁੱਖੇ ਰਹਿ ਲੈਣਾ, ਫੁੱਲ ਕੇ ਲੈ ਕੇ ਧੰਨ ਬਾਬਾ ਸਾਹਿਬ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਸਾਹਿਬ ਬਾਬਾ ਜੀ ਉਹਨਾਂ ਦੇ ਦਰ ਤੇ ਲੈ ਜਾਣੇ, ਬਾਬਾ ਜੀ ਨੂੰ ਛਕਾਈਏ। ਆਖੋ ਸਤਨਾਮ। ਸਾਧ ਸੰਗਤ ਜੀ
ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੈ ਸੇਵਾ ਨੂੰ ਲੱਗਦਾ ਕਰਕੇ ਕੋਈ ਵੇਖ ਲੈ ਸੇਵਾ ਨੂੰ ਲੱਗਦਾ ਸੇਵਾ ਕਰਕੇ ਪਰਮਾਤਮਾ ਨੂੰ ਮੰਗਿਆ। ਪਰਮਾਤਮਾ ਗੁਰੂ ਨਾਨਕ ਦੇਵ ਦੇ ਰੂਪ ਦੇ ਵਿੱਚ ਇਹਨਾਂ ਦੇ ਗ੍ਰਹਿ ਦੇ ਵਿੱਚ ਪ੍ਰਗਟ ਹੋਇਆ। ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਕਰਕੇ ਪੂਜਿਆ ਜਾਂਦਾ ਹੈ। ਸੇਵਾ ਸਤਿਕਾਰਯੋਗ
ਸ਼੍ਰੀਮਾਨ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਸਰਕਾਰੀ ਡਿਊਟੀ ਵੀ ਕਰਦੇ ਆ, ਸਰਕਾਰੀ ਡਿਊਟੀ ਵੀ ਨਿਭਾਉਂਦੇ ਆ, ਪਰ ਇਸ ਸਥਾਨ ਤੇ ਜਪ ਤਪ ਸੇਵਾ ਦਾ ਸਿਮਰਨ ਤੇ ਅੱਜ ਸਾਧ ਸੰਗਤ ਜੀ ਜਦੋਂ ਐਤਵਾਰ ਦਾ ਦਿਨ ਹੁੰਦਾ ਨਾ, ਅੰਮ੍ਰਿਤ ਵੇਲੇ ਤੋਂ ਲੈ ਕੇ ਸੂਰਜ ਛਿਪਣ ਤੋਂ ਵੀ ਬਾਅਦ ਸੰਗਤਾਂ ਅਜੇ ਬੈਠੀਆਂ ਹੁੰਦੀਆਂ। ਆਖੋ ਸਤਨਾਮ। ਨਸ਼ਿਆਂ ਦੇ ਵਿੱਚ ਗਲਤਾਨ ਨੌਜਵਾਨ ਜਿਹੜੇ ਵੀ ਇਹਨਾਂ ਦੇ ਸੰਪਰਕ ਦੇ ਵਿੱਚ ਆ ਜਾਣ, ਸੰਪਰਕ ਉਹਨਾਂ ਨੂੰ ਪ੍ਰੇਰਨਾ ਦੇ ਦੇ ਕੇ ਉਹਨਾਂ ਦੇ ਗਾੜੋ ਨਸ਼ਿਆਂ ਵਰਗੀਆਂ ਲਾਹਨਤਾਂ ਲਾ ਦੇਣੇ। ਇਹ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਮਹਾਂਪੁਰਖਾਂ ਦਾ ਜੀਵਨ ਹੈ। ਸੇਵਾ ਨੂੰ ਭਾਗ ਲੱਗਦੇ ਨੇ ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਅੱਜ ਇਹ ਪਵਿੱਤਰ ਸਥਾਨ ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਰਬੱਤ ਦਾ ਭਲਾ ਕਰਦਾ ਹੈ। ਇਹ ਸਾਲਾਨਾ ਗੁਰਮਤ ਸਮਾਗਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਦਿਹਾੜਿਆਂ ਦੀਆਂ ਖੁਸ਼ੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਦਾ ਹੀ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ। ਗੁਰਦੁਆਰਾ ਨਾਨਕ ਨਾਮ ਜਹਾਜ਼ ਹੈ, ਇੱਥੋਂ ਸਰਬੱਤ ਦਾ ਭਲਾ ਹੁੰਦਾ ਰਹੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਰਸਈਆਂ, ਕੋਈ ਅੱਲਾਏ। ਸੰਤ ਜਨਾਂ ਕੇ ਹਿਰਦੇ ਸ਼ੁਭ ਧਰਮ, ਬੰਦਗੀ ਵਾਲਿਆਂ ਦੀ ਕਿਸੇ ਨਾਲ ਨਫ਼ਰਤ ਨਹੀਂ ਹੁੰਦੀ। ਜਿਹੜੇ ਜਿਹਦੇ ਹਿਰਦੇ ਦੇ ਵਿੱਚ ਕਿਸੇ ਨਾਲ ਨਫ਼ਰਤ ਹੈ, ਧਰਮੀ ਬੰਦਾ ਨਹੀਂ। ਫਿਰ ਖਿਆਲ ਕਰੀਏ, ਭਗਤੀ ਵਾਲਿਆਂ ਦੀ ਕਿਸੇ ਨਾਲ ਨਫ਼ਰਤ ਨਹੀਂ। ਜਿਹੜਾ ਨਫ਼ਰਤ ਦਾ ਭਰਿਆ ਹੋਇਆ ਉਹ ਧਰਮੀ ਨਹੀਂ। ਆਖੋ ਸਤਨਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ, ਜਿਸ ਨਰ ਕੀ ਡੁੱਬਦਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਸਰਬੱਤ ਦਾ ਭਲਾ ਹੋਵੇ। ਗੁਰਦੁਆਰਾ ਨਾਨਕ ਨਾਮ ਜਹਾਜ਼ ਗੁਰੂ ਨਾਨਕ ਦੇਵ ਦੀਆਂ ਸਿਫਤਾਂ ਹੁੰਦੀਆਂ ਰਹਿਣ। ਕਹੋ ਤੇ ਸਮਾਪਤੀ ਹੈ। ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ, ਸਭ ਤੇ ਵੱਡਾ, ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ, ਸਭ ਤੇ ਵੱਡਾ, ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ, ਸਭ ਤੇ ਵੱਡਾ, ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ, ਸਭ ਤੇ ਵੱਡਾ, ਸਤਿਗੁਰ ਨਾਨਕ ਸਭ ਤੇ ਵੱਡਾ, ਸਭ ਤੇ ਵੱਡਾ, ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ।
ਦੀ ਸੇਵਾ ਪ੍ਰਵਾਨ ਕਰਿਓ ਭਾਈ ਜਿਹੜੇ ਅਜੇ